ਫਾਜ਼ਿਲਕਾ ਦੀ ਪੁਲਿਸ ਲਾਈਨ ਵਿੱਚ ਪੁਲਿਸ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦ ਹੋਏ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਨੇ ਆਪਣੇ ਦੁਖੜੇ SSP ਵਰਿੰਦਰ ਸਿੰਘ ਵਰਾਣ ਨੂੰ ਸੁਣਾਏ, ਜਿਨ੍ਹਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕੰਦਵਾਲਾ ਹਾਜ਼ਰ ਖਾਨ ਕੌਣ ਸ਼ਹੀਦ ਹੋਇਆ ਤੁਹਾਡੇ ਪਰਿਵਾਰ ਵਿੱਚ? ਮੇਰੇ ਹਸਬੰਡ ਕਦੋਂ ਹੋਏ ਸੀ ਕਿ ਕਿਵੇਂ ਹੋਏ ਸੀ? 2477 ਮੁਕਾਬਲਾ ਬਹੁਤ ਜ਼ਿਆਦਾ ਹੋਇਆ, ਇਹਨਾਂ ਦਾ ਵੀ ਪਰਿਵਾਰ ਆਪਣਾ 2-3 ਘੰਟੇ ਮੁਕਾਬਲਾ ਹੁੰਦਾ ਰਿਹਾ। ਲਾਸਟ ਦੇ ਵਿੱਚ ਨੇ ਸਨਮਾਨ ਕਰਦੇ ਹੋਈ ਮਦਦ? ਹਾਂਜੀ, ਨਹੀਂ ਜੀ, ਨੌਕਰੀ ਵੀ ਨਹੀਂ ਮਿਲੀ। ਨੌਕਰੀ ਵੀ ਕੋਈ ਨਹੀਂ ਮਿਲੀ, ਇੱਕ ਨੌਕਰੀ ਮਿਲੀ, ਉਹ ਵੀ ਮੇਰੀ ਗੁੜੀਆ ਨੇ ਆਪ ਅੱਗੇ ਹੋ ਕੇ ਤੇ ਪ੍ਰਾਹੁਣੇ ਨੂੰ ਦਵਾਈ ਆ। ਤੇ ਮੇਰੇ ਪੋਤਰੇ ਅਨਪੜ੍ਹ ਪੜ੍ਹੇ ਲਿਖੇ ਆ ਹੁਣ, ਤੇ ਐਵੇਂ ਆ ਮੇਰੇ ਨਾਲ ਹੀ ਬੈਠਾ ਹੈ। ਤੇ ਜਿਹੜੇ ਮੇਰੇ ਬੇਟੇ ਨੇ ਦੋ, ਉਹ ਬਿਲਕੁਲ ਭਲੇ ਮਾਨਸ ਨੇ, ਤੇ ਉਹ ਕੰਮ ਕਰਦੇ ਵੀ ਨਹੀਂ ਇੰਨਾ ਖਾਸ ਕਰਦੇ। ਮੈਂ ਹੀ ਇਹਨਾਂ ਨੂੰ ਪਾਲ ਪੋਸ਼ਣ ਕਰਦੀ ਹਾਂ, ਜਿਹਦਾ ਮੈਂ ਕੋਈ ਮਾੜੀ ਮੋਟੀ ਪੈਨਸ਼ਨ ਲੈਂਦੀ ਹਾਂ ਉਹਦੇ ਵਿੱਚ। ਕੀ ਹੋਣਾ ਚਾਹੀਦਾ, ਕੀ ਚਾਹੁੰਦੇ ਜੀ? ਮੈਂ ਤੇ ਇਹ ਕਹਿੰਦੀ ਹਾਂ ਵੀ ਮੇਰੇ ਪੋਤਰੇ ਨੂੰ ਨੌਕਰੀ ਦਿੱਤੀ ਜਾਵੇ। ਬਹੁਤ ਬਹੁਤ ਮਿਹਰਬਾਨੀ ਹੋਵੇਗੀ, ਬਹੁਤ ਬਹੁਤ ਧੰਨਵਾਦ ਹੋਵੇਗਾ, ਕਿਉਂਕਿ ਮੈਂ ਜਿਉਂਦੀ ਜਾਂਦੇ ਇਹ ਤਾਂ ਮੈਂ ਇੱਕ ਵੇਖ ਜਾਵਾਂ। ਇਹ ਸਨਮਾਨ ਤੋਂ ਇਲਾਵਾ ਕੋਈ ਘਰੇ ਜਾਂਦਾ ਜੀ, ਕੋਈ ਪੁੱਛ ਪੜਤਾਲ ਹੁੰਦੀ? ਕੁਛ ਨਹੀਂ, ਕੋਈ ਨਹੀਂ ਪੁੱਛਦਾ ਤਾਜ਼ਾ। ਜੇ ਸਾਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਤੇ ਉਹ ਵੀ ਅਸੀਂ ਜਾ ਕੇ ਥਾਣੇ ਰਿਪੋਰਟ ਕਰਦੇ ਹਾਂ, ਉਹ ਸਾਡੀਆਂ ਨੱਪੀਆਂ ਜਾਂਦੀਆਂ, ਕੋਈ ਉਹਦਾ ਪੁੱਛ ਦੱਸ ਨਹੀਂ ਹੁੰਦੀ, ਕੁਛ ਨਹੀਂ ਪੁੱਛਦਾ ਦੱਸਦਾ ਕੋਈ ਵੀ ਕਰਦਾ। ਹੁਣ ਤੱਕ ਕੋਈ ਸ਼ਿਕਾਇਤ ਕੀਤੀ ਜਾਂ ਕਿਸ ਤਰ੍ਹਾਂ ਦੀ ਸਮੱਸਿਆ ਆਈ ਹੈ ਤੁਹਾਨੂੰ? ਸਮੱਸਿਆ ਇੱਕ ਹੋਰ ਆਈ ਹੈ ਵੀ ਪਹਿਲੀ ਤਾਂ ਗੱਲ ਮੇਰੇ ਪੋਤਰੇ ਨੂੰ ਸਰਵਿਸ ਦਿੱਤੀ ਜਾਵੇ, ਡਿਊਟੀ ਦਿੱਤੀ ਜਾਵੇ ਨੌਕਰੀ। ਦੂਜੀ ਗੱਲ ਇਹ ਆ ਵੀ ਮੇਰੇ ਕੋਲ 3 ਕਨਾਲਾਂ ਪੈਲੀ ਸੀ ਤੇ ਉਹ ਵੀ ਮੇਰੀ ਕਿਸੇ ਨੇ ਜ਼ਬਰਦਸਤੀ ਕੀਤੀ ਹੈ, ਮਾਰ ਖੋਣ ਦੀ ਕੋਸ਼ਿਸ਼ ਕੀਤੀ ਹੈ ਸ਼ਰੀਕੇ ਦੇ ਵਿੱਚ ਹੀ, ਉਹਨਾਂ ਆਪਦੇ ਨਾਲ ਕਰਾ ਲਈ ਤੇ ਮੈਂ ਅੱਗੇ ਠੇਕਾ ਲੈਂਦੀ ਹਾਂ ਤੇ ਮੇਰਾ ਹੀ ਉਹਦੇ 'ਤੇ ਹੱਕ ਸੀ। ਐਰਕੀ ਮੈਨੂੰ ਠੇਕਾ ਵੀ ਨਹੀਂ ਉਹਨਾਂ ਨੇ ਲੈਣ ਦਿੱਤਾ। ਹਾਂਜੀ, ਇਹ ਨਹੀਂ ਸੋਚਿਆ ਵੀ ਇਹ ਬੱਚੇ ਪਾਲਣ ਡਈ ਆ, ਬਹੁਤ ਔਖੀ ਏ, ਵੀ ਇਹਦਾ ਕੋਈ ਸਹਾਰਾ ਨਹੀਂ ਹੈਗਾ। ਹੋਰ ਨਿੱਕੇ ਨਿੱਕੇ ਆ ਪੋਤਰੇ ਨੇ ਮੇਰੇ, ਪੁਲਿਸ ਨੇ ਮਦਦ ਨਹੀਂ ਕੀਤੀ, ਕੁਛ ਨਹੀਂ ਹੋਇਆ। ਬੜਾ ਮੇਰਾ ਘਰ ਵੀ ਡਿੱਗ ਪਿਆ ਸੀ, ਕੋਠੇ ਕੋਠੇ ਵੀ ਡਿੱਗ ਪਏ ਸੀ ਤੇ ਉਹ ਹੁਣ ਮੈਂ ਵਿਆਜੀ ਸਵਾਜੀ ਪੈਸੇ ਫੜ ਫੜਾ ਕੇ ਲੋਕਾਂ ਤੋਂ ਧਾਰੇ ਸਧਾਰੇ ਕਿਸੇ ਤੋਂ ਫੜੇ, ਕਿਸੇ ਤੋਂ ਵਿਆਜਾਂ ਦੇ ਫੜੇ ਆ ਤੇ ਮੈਂ ਹੁਣ ਕਮਰੇ ਪਾਏ ਆ। ਕੀ ਦੇਖਣਾ ਪੁੱਤਰ, ਬੜਾ ਮੁਸ਼ਕਿਲ ਦਾ ਮੇਰੇ ਸਿਰ ਤੇ ਹੀ ਆ, ਜਿਹੜਾ ਮੈਂ ਪੈਨਸ਼ਨ ਲੈਂਦੀ ਹਾਂ ਉਹਨਾਂ ਨਾਲ ਬੱਚਿਆਂ ਨੂੰ ਪਾਲਣ ਪੋਸ਼ਣ ਕਰਦੀ ਹਾਂ, ਮਾੜਾ ਮੋਟਾ ਉਹਨਾਂ ਨਾਲ ਸਾਡਾ ਟਾਈਮ ਪਾਸ ਕਰਦੀ ਹਾਂ। ਕਿੰਨੇ ਸਾਲ ਹੋ ਗਏ ਸਾਹਿਬ? ਉਹਨਾਂ ਨੂੰ ਠੀਕ ਹੈ ਹੋ ਗਿਆ 30-35 ਸਾਲ, 35 ਸਾਲਾਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ? ਹਾਂਜੀ। ਕੀ ਨਾਮ ਸੀ ਭਾਈ ਦਾ? ਸੰਤੋਖ, ਸਰਦਾਰ ਸੰਤੋਖ। ਕੀ ਪੋਸਟ ਤੇ ਸੀਗੇ? ਸਪਾਈ ਜੀ। ਆਪਣਾ ਜੀਵਨ ਸਿੰਘ ਜੀ। ਕਿੱਥੋਂ ਆਏ ਹੋ? ਪਿੰਡ ਮਲਕਜਾਦਾ। ਇਹ ਕਿੱਥੇ ਪੈਂਦਾ ਕੋਈ? ਤਹਿਸੀਲ ਜਲਾਵਾ, ਜ਼ਿਲ੍ਹਾ ਫਾਜ਼ਿਲਕਾ। ਕੌਣ ਸ਼ਹੀਦ ਹੋਇਆ ਸੀ? ਮੇਰਾ ਵੱਡਾ ਲੜਕਾ ਪਰਮਜੀਤ ਸਿੰਘ। ਕਿਸ ਤਰ੍ਹਾਂ ਦੇ ਹਾਲਾਤ ਬਣੇ ਜੀ ਸ਼ਹਾਦਤ ਦੇਣੀ ਪਈ ਜੀ? ਅੱਤਵਾਦ ਬਹੁਤ ਸੀ ਜੀ, ਉੱਥੇ ਡਿਊਟੀ ਉਹਨੇ ਖਮਾਣੋ ਭੇਜਤਾ, ਫਿਰੋਜ਼ਪੁਰ ਭਰਤੀ ਆ ਉਹਨੇ ਖਮਾਣੋ ਭੇਜਤਾ, 1.5 ਮਹੀਨੇ ਬਾਅਦ ਮੌਤ ਹੋ ਗਈ। ਕਿੰਨੀ ਉਮਰ ਸੀ ਜੀ? 21-22 ਸਾਲ ਸੀ। ਕਿੰਨਾ ਕੁ ਮੁਕਾਬਲਾ ਜਿਹੜਾ ਮੁਕਾਬਲਾ ਸਾਰੀ ਰਾਤ ਚੱਲਦਾ ਰਿਹਾ ਕਰਕੇ। ਭਰਤੀ ਕਦੋਂ ਹੋਇਆ ਸੀ? ਇਹ ਭਰਤੀ ਉਹ 1992 ਜੀ ਹੋਇਆ, ਭਰਤੀ ਦੇ ਬਾਅਦ 2 ਮਹੀਨੇ ਡਿਊਟੀ ਦਾ ਵਡੇ, 2 ਮਹੀਨੇ ਬਾਅਦ ਸ਼ਹੀਦ ਵੀ ਹੋ ਗਿਆ ਜੀ। ਹੁਣ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਰਦੇ ਜੀ? ਹਾਂਜੀ, ਕਰਦੇ ਕਿਸ ਤਰ੍ਹਾਂ ਦੇ ਹਾਲਾਤ? ਕਰਦੇ ਹਾਲਤ ਮਾੜੀ ਹੈ ਜੀ, ਮਾਲੀ ਹਾਲਤ ਬਹੁਤ ਮਾੜੀ ਹੈ। ਸ਼ਹਾਦਤ ਤੋਂ ਬਾਅਦ ਕੋਈ ਮਦਦ ਆਈ ਤੁਹਾਨੂੰ ਸਰਕਾਰ ਵੱਲੋਂ ਜਾਂ ਇਹਨਾਂ ਵੱਲੋਂ? ਕੁਛ ਨਹੀਂ, ਕਿਸੇ ਮਿਲਿਆ ਮੇਰੇ ਮਕਾਨ ਬਗੇ ਨੇ, ਇੱਕ ਛੱਤਾਂ ਜਿਹੜੇ ਬਾਲੇ ਵਾਲੀਆਂ ਉਹ ਕੋਈ ਡਿੱਗ ਪੈਂਦੀ ਬਣਾ ਲਈ, ਫਿਰ ਡਿੱਗ ਪੈਂਦੀ ਨੇ, ਫਿਰ ਪਤਾ ਨਹੀਂ ਕਿਸ ਵੇਲੇ ਡਿੱਗ ਪਏ, ਮੌਤ ਹੋ ਜਾਵੇ ਕਿਸੇ। ਪ੍ਰਸ਼ਾਸਨ ਤੱਕ ਪਹੁੰਚ ਨਹੀਂ ਕੀਤੀ? ਪਹੁੰਚ ਕੀਤੀ, ਸੁਣਦਾ ਨਹੀਂ ਕੋਈ। ਸਾਲ ਹੋ ਗਿਆ ਕਿ ਤੂੰ ਦੇ ਦਰਖਾਸਤ DC ਨੂੰ,
इधर कोई कार भी नहीं हुई। नौकरी नहीं मिली? नौकरी मिली है, छोड़ो मोनू नौकरी करता गहरा हो गया ड्यूटी तो करता है। मैं बीमार एक्सीडेंट हो गया उन दिन मेरे बाद मेरे को ऐसा रहा 32 सेक्टर से उन्होंने ट्रेनिंग भी कैंसिल कर दी उन्होंने बाद कर दिया। उन मुंडा को किन्नू नौकरी मिली सी? इकबाल सिंह नू। वो तोड़ा की लगता है? छोटा बेटा सी। अच्छा तो उनकी उनकी किधर से मिली सी जी? तो यापुल से जो तो उनकी करता है वो उन वेला जी घरे बैठा है। ਤੁਸੀਂ ਅਫਸਰਾਂ ਨਾਲ ਮਿਲੇ ਜੀ ਕੀ ਗੱਲਬਾਤ ਹੋਈ? ਉਹਨਾਂ ਨੇ ਕਿਹਾ ਬਹਾਲ ਕਰੋ ਦਰਖਾਸਤ ਆਖਰੀ ਨੰਬਰ ਕਦੇ ਉੱਪਰ ਮਾਰਕ ਕਰ ਦੇਣੇ ਕੋਈ ਰਿਸਪਾਂਸ ਨਹੀਂ ਮਿਲਦਾ ਖਾਜ਼ਾ ਨੂੰ ਤੇ ਪੱਕਾ ਰਿਸਪਾਂਸ ਨਹੀਂ ਆ ਇਹ ਕੰਮ ਹੋ ਜਾਣਾ ਹੁਣ ਆ ਮੁੰਡੇ ਵਾਸਤੇ ਮੈਂ ਅਪਲਾਈ ਪੋਤਰੇ ਵਾਸਤੇ ਕੀਤਾ ਮੈਨੂੰ 18-20 ਸਾਲ ਹੋ ਗਏ ਪਹੁੰਚਦੇ ਫਿਰਦੇ ਨੂੰ ਕੋਈ ਨਹੀਂ ਨੌਕਰੀ ਸੈਣੀ ਜਿਹੜੀ ਦੇ ਗਿਆ ਬਸ ਸੈਣੀ ਤੋਂ ਬਾਅਦ ਕੋਈ ਨਹੀਂ ਕਿਸੇ ਬਾਂਹ ਬੜੀ घर दी बड़ी हालत माड़ी है की कीता जावे ਬੜਾ ਬੇਟਾ ਜਿਹੜਾ ਸ਼ਹੀਦ ਹੋਇਆ ਸੀਗਾ ਕਿੰਨੀਆਂ ਗੋਲੀਆਂ ਉਹਨੂੰ ਲੱਗੀਆਂ ਸੀ ਕਿਸ ਤਰ੍ਹਾਂ ਮੁਕਾਬਲਾ ਹੋਇਆ ਉਹਨਾਂ ਦਾ ਨਾਕੇ ਤੇ ਪੁਲ ਤੇ ਨਾਕਾ ਲਾਇਆ ਸੀ ਉਹਨਾਂ ਨੇ ਉਹ ਅੱਤਵਾਦੀ ਆਏ ਉਹਨਾਂ ਕਿਸੇ ਭੋਗ ਤੇ ਜਾਣਾ ਸੀਗਾ ਉਹਨੇ ਰੋਕਿਆ ਉਹਨੇ ਗੋਲੀ ਮਾਰ ਇਹਨੇ ਵੀ ਗੋਲੀ ਮਾਰ ਉਹ ਫਟੜ ਹੋ ਗਿਆ ਇਹ ਮਰ ਗਿਆ ਮੌਕੇ ਤੇ ਇਹਨੂੰ ਸੰਭਾਲਿਆ ਨਹੀਂ ਜਦੋਂ ਤੁਹਾਨੂੰ ਪਤਾ ਲੱਗਿਆ ਪਰਿਵਾਰ ਨੂੰ ਪਤਾ ਲੱਗਿਆ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਜਾਂ ਮਾਹੌਲ ਰਾਵਾ ਸੰਤ ਤੜਕੇ ਪੁਲਿਸ ਆ ਕੇ ਦੱਸਿਆ ਤੁਹਾਡਾ ਬੇਟਾ ਸ਼ਹੀਦ ਹੋ ਗਿਆ ਸਾਨੂੰ ਹੁਣ ਕਿੰਨੇ ਉਹ ਕਿੰਨੇ ਦੱਸਣਾ ਸੀ ਪਤਾ ਲੱਗਣਾ ਨਾ ਟੈਲੀਫੋਨ ਦੋ ਭਾਈ ਕਿੱਥੋਂ ਆਏ ਜੀ ਫਤਿਹਗੜ੍ਹ ਤੇ ਕੌਣ ਸ਼ਹੀਦ ਹੋਇਆ ਸੀ ਜੀ ਮੇਰਾ ਹਾਂਜੀ ਮੇਰਾ ਬੰਦਾ ਅੱਛਾ ਕਿਹੜੀ ਪਾਰਟੀ ਬਰੂਵਲ ਟੇਸ਼ਨ ਸਰਕਾਰ ਦੇ ਅੰਤਵਾਦ ਦੇ ਦਰਕਾਰ ਕੀ ਮੰਗ ਕਰ ਉਹਨਾਂ ਦੇ ਬੇਟੇ ਦੀ ਉਹਦੀ ਨਾਸਾ ਮੰਗ ਨੌਕਰੀ ਮਿਲਣੀ ਚਾਹੀਦੀ ਹੈ ਕੁੜੀ ਇਹ ਆਸਾ ਲੈਣ ਤੋਂ ਬਾਅਦ ਇਹ ਆਪਣੇ ਸਿਸਟਮ ਵਿੱਚ ਨਾਲ ਮਿਲੀ ਨਹੀਂ हालात बड़े माड़े ने जी एक पट टूट गया रेलवे स्टेशन डिग गया माता मंग करिए गुड़ी नु नौकरी मिलनी चाहिए निशा नानी नु नौकरी मिलनी मेरे ते बड़ी मेहनत कोई जमीन नहीं कोई दत्था नहीं सजी दिहाड़ी कर दे बहुत बहुत औखे हैं पुछ भी सकते मेरे को ना कोई जमीन सज्जा पोतरा करता है अजकल पुत्र है पाजी वो आदे वखरे हाँ जी कोई जमीन नहीं सज्जी दिहाड़ी करके रात नूं बच्चा नूं रोटी खवा तो ही ठीक होण दे जी भी नौकरी मिल जाए सानूं एक नौकरी चाहिए। देखो 21 अक्तूबर जिहड़ा हैगा मार्टियर्स डे साडा ये सारे हिंदुस्तान च मनाया जाता है इसकी बैकग्राउंड यही है कि चाइना ने साडी टुकड़ी ते अटैक किया ते साडे जवान शहीद होए उस तो बाद फिर सारे ने यह प्रण किया कि आप उन्होंने शहीदों की याद उन्होंने की कुरबानिया की याद जिहड़ा हैगा दिन मनाया करिए सो 21 अक्तूबर के दिन पूरे हिंदुस्तान दे विच मनाया जाता है जिद सारी फोर्सिज जिहड़ियां साडियां हैगियां वो आपदे आपदे यूनिट च करदे ने जिथे कि शोक सलामी दी जाती है फिर जो साढ़े शहीद ने उन्होंने जोड़ा हैगा फुल अर्पण किए जाते हैं तो शहीद परिवार के मैंबर साहबान जोड़े साढ़े को आते हैं उन्होंने उन्होंने दुख तकलीफा कोई भी जी है इतने बैठ के असं डिस्कस कर देंगे वैसे भी साढ़े ऑफिसर साहबान मैं खुद असं इन्हों को घर भी जाने इस जे उन्होंने हूँ साढ़े जो भी इन्हों तकलीफ हैगी सा फर्ज बनता उन्होंने देश की कुरबानी की है इस करके मैं थोनू इन विश्वास दवाना चाहना कि असी अपने शहीदों के परिवार की उन्होंने जी शहीद उन्होंने जी कुरबानी के हालात सहे है उन्होंने असं प्रणाम करते हैं हमेशा ऋणी रहेंगे उन्होंने कुछ जो कुछ भी असं कर लिए उन्होंने वो घट है ज़्यादा तकलीफ तो मोस्टली बच्चा जो हम बड़ा हो रहा होंगे वो कागज़ डॉक्यूमेंट्स पूरे करन ताकि वो
ਭਰਤੀ ਹੋ ਸਕੇ ਸਭ ਤੋਂ ਵੱਡੀ ਪ੍ਰਾਇੋਰਟੀ ਹੁੰਦੀ ਹੈ ਹਾਂਜੀ ਸੋ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਦੁੱਖ ਤਕਲੀਫ ਨਾ ਹੋਵੇ ਕਿ ਇੱਥੋਂ ਹੀ ਅਸੀਂ ਟੀਮ ਲਾ ਦਿੰਦੇ ਹਾਂ ਜਿਹੜਾ ਕਿ ਹੈੱਡਕੁਆਰਟਰ ਤੱਕ ਜਿਹੜਾ ਕੋਆਰਡੀਨੇਟ ਕਰਦੇ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਰੈਸਟ ਬਾਕੀ ਕੋਈ ਪਿੰਡ ਦੀ ਕੋਈ ਇਸ਼ੂ ਆ ਗਿਆ ਜਾਂ ਕੋਈ ਬੱਚੇ ਦਾ ਕੋਈ ਹੋਰ ਆ ਗਿਆ ਕਿਸੇ ਚੀਜ਼ ਦੀ ਮੋਨੀਟਰੀ ਹੈਲਪ ਜਿਹੜੀ ਹੈਗੀ ਆ ਉਹਨਾਂ ਨੂੰ ਲੋੜ ਪੈ ਗਈ ਤਾਂ ਉਹ ਅਸੀਂ ਚੜ ਕੇ ਜਿਹੜਾ ਹੈਗਾ ਹਿੱਸਾ ਪਾਵਾਂਗੇ ਸਰ ਕਈ ਪਰਿਵਾਰ ਜਿਹੜਾ ਦੁਬਾਰਾ ਨੌਕਰੀ ਦੀ ਮੰਗ ਕਰ ਰਹੇ ਨੇ ਕਈਆਂ ਦੇ ਹਾਲਾਤ ਕਈ ਤਰ੍ਹਾਂ ਦੇ ਖਰਾਬ ਨੇ ਚੱਲ ਰਹੇ ਨੇ ਮਾਲੀ ਹਾਲਾਤ ਖਰਾਬ ਕਹਿ ਰਹੇ ਨੇ ਤੇ ਉਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਏਗਾ ਦੇਖੋ ਉਹਦੇ 'ਚ ਦੋ ਤਰ੍ਹਾਂ ਜਿਵੇਂ ਹੁਣ ਮਾਰਟੀਅਰਸ ਡੇ ਦੇ ਤਾਂ ਜਿਹੜੇ ਸ਼ਹੀਦ ਪਰਿਵਾਰ ਆ ਉਹਨਾਂ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਿੰਦੇ ਅਤੇ ਸਰਕਾਰ ਨੇ ਵੀ ਇਸ ਚੀਜ਼ ਦੇ ਜਿਹੜੇ ਹੈਗੇ ਆ ਉਪਰਾਲੇ ਕੀਤੇ ਨੇ ਸੋ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਫਾਦਰ ਦੀ ਜਗ੍ਹਾ ਜੋਬ ਕੋਈ ਜਿਹੜੀ ਹੈਗੀ ਆ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਊਗੀ ਸਰ ਕਈ ਮਾਮਲਿਆਂ ਦੇ ਅੰਦਰ ਪੁਲਿਸ ਦੇ ਕੋਲ ਦਰਖਾਸਤਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਕੇਸਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਏ ਦੇਖੋ ਜਿਹੜੇ ਇਹਨਾਂ ਦੀ ਕੰਪਲੇਂਟਸ ਆਉਂਦੀਆਂ ਹੈਗੀਆਂ ਸਾਡੇ ਐਸ ਪੀ ਹੈੱਡਕੁਆਰਟਰ ਹੈਗੇ ਆ ਅਸੀਂ ਨਾਲ ਮਿਲ ਕੇ ਕੰਸਰਨ ਡੀ ਐਸ ਪੀ ਐਸ ਐਚ ਓ ਡਿਊਟੀ ਲਾਉਂਦੇ ਹਾਂ ਕਿ ਔਨ ਆਪ ਜਿਹੜਾ ਹੈਗਾ ਉਹਨੂੰ ਹੱਲ ਕਰਕੇ ਪਰਸਨਲੀ ਉਹਨੂੰ ਦੇਖ ਕੇ ਸਾਨੂੰ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।